ਹਫ਼ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ SIT ਵੱਲੋਂ ਸੀਲਬੰਦ ਰਿਪੋਰਟ ਹੈ, ਜਾਂਚ ਹੈ ਜਿਹੜੀ ਆਪਣੀ ਕੀਤੀ ਸੀਗੀ ਉਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਹੈ। ਤਾਂ SIT ਦੋ SIT ਬਣੀਆਂ ਨੇ, ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ। ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਆਖਰ ਉਸ ਰਿਪੋਰਟ ਦੇ ਵਿੱਚ ਕੀ ਹੈ। ਤਾਂ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ SIT, ਜਿਸ ਦੀ ਅਗਵਾਈ ਨੌ ਨਿਹਾਲ ਸਿੰਘ ਕਰ ਰਹੇ ਨੇ। ਤਾਂ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਕੇਸ ਦੀ ਸੀਲਬੰਦ ਸਟੇਟਸ ਰਿਪੋਰਟ ਹੈ ਜਿਹੜੀ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਨੇ ਵੀ ਆਪਣੀ ਸਟੇਟਸ ਰਿਪੋਰਟ ਹੈ ਜਿਹੜੀ ਅਦਾਲਤ ਨੂੰ ਸੌਂਪ ਦਿੱਤੀ ਹੈ, ਅਤੇ ਹੁਣ ਇਹਨਾਂ ਰਿਪੋਰਟਾਂ 'ਤੇ 29 ਅਪ੍ਰੈਲ ਨੂੰ ਹੋਣ ਵਾਲੀ ਅਗਲੀ ਸੁਣਵਾਈ 'ਤੇ ਕੋਈ ਕਾਰਵਾਈ ਹੋਵੇਗੀ। ਤਾਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਪਿਛਲੇ ਸਾਲ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਨਾਲ ਸੰਬੰਧਿਤ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਜ਼ਿਲ੍ਹਾ ਅਦਾਲਤ ਨੂੰ ਦੋਵਾਂ ਮਾਮਲਿਆਂ ਦੀ ਸੁਣਵਾਈ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕਰਨ ਦੀਆਂ ਦੋਵੇਂ SITs ਨੂੰ ਵੀ ਮਾਮਲੇ ਦੀ ਜਾਂਚ ਸੰਬੰਧੀ ਇਸ ਦੀ ਰਿਪੋਰਟ ਸਮੇਂ ਸਮੇਂ 'ਤੇ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਸਨ। ਇਸੇ ਤਹਿਤ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ SIT ਨੇ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਅਦਾਲਤ ਵਿੱਚ ਆਪਣੀ ਰਿਪੋਰਟ ਸੌਂਪੀ ਸੀਗੀ, ਜਦੋਂ ਕਿ ਹੁਣ ਬਹਿਬਲ ਕਲਾਂ ਗੋਲੀਕਾਂਡ ਦੀ SIT ਨੇ ਆਪਣੀ ਸਟੇਟ ਰਿਪੋਰਟ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਸੌਂਪ ਦਿੱਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੀ ਤਰਫੋਂ ਪੁਲਿਸ ਅਧਿਕਾਰੀ ਅਤੇ ਕੁਝ ਹੋਰ ਲੋਕਾਂ ਦੇ ਖਿਲਾਫ਼ ਅਦਾਲਤ ਦੇ ਵਿੱਚ ਚਾਰਜਸ਼ੀਟ ਵੀ ਜਿਹੜੀ ਦਾਇਰ ਕੀਤੀ ਜਾ ਚੁੱਕੀ ਹੈ, ਜਦੋਂ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਅਜੇ ਤੱਕ ਚਾਰਜਸ਼ੀਟ ਹੈ ਜਿਹੜੀ ਉਹ ਦਾਖਲ ਨਹੀਂ ਕੀਤੀ ਗਈ, ਕਿਉਂਕਿ ਕੋਟਕਪੂਰਾ ਕੇਸ ਵਿੱਚ ਪਹਿਲਾਂ ਦਾਇਰ ਚਾਰਜਸ਼ੀਟ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਰਾਜ ਸਰਕਾਰ ਨੂੰ ਜਾਂਚ ਲਈ ਨਵੀਂ SIT ਬਣਾਉਣ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਸਰਕਾਰ ਨੇ ਜਿਹੜਾ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ADGP LK ਯਾਦਵ ਦੀ ਅਗਵਾਈ ਹੇਠ ਜਿਹੜੀ ਨਵੀਂ SIT ਦਾ ਗਠਨ ਕੀਤਾ ਸੀਗਾ, ਜਿਸ ਵਿੱਚ ਜਾਂਚ ਅਜੇ ਜਾਰੀ ਹੈ। ਤਾਂ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਹਾਂ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਪਹਿਲੇ ਜਿਹੜੀ ਸੀਲਬੰਦ ਜਿਹੜੀ ਸਟੇਟ ਸਪੋਰਟ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕੀ ਹੈ, ਅਤੇ ਹੁਣ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੀ ਜਿਹੜੀ ਜਾਂਚ ਕਰ ਰਹੀ ਸੀ SIT ਨਵੀਂ, ਕਿਉਂਕਿ ਦੋਨੋਂ SIT ਜੇ ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਵੀਆਂ ਬਣਾਈਆਂ ਗਈਆਂ ਸੀ, ਤਾਂ ਨਵੀਆਂ ਦੋਨੋਂ ਜਿਹੜੀਆਂ SIT ਦੀਆਂ ਜਾਂਚ ਹੈ ਜਿਹੜੀ ਚੱਲ ਰਹੀ ਹੈ ਲਗਾਤਾਰ, ਤਾਂ ਆਪਣੀ ਸਟੇਟ ਸਪੋਰਟ ਹੈ ਜਿਹੜੀ ਉਹਨਾਂ ਵੱਲੋਂ ਸੌਂਪ ਦਿੱਤੀ ਗਈ ਹੈ। ਤਾਂ ਦੂਜੇ ਪਾਸੇ ਆਪਾਂ ਗੱਲ ਕਰੀਏ ਇਸੇ ਬੇਅਦਬੀ ਮਾਮਲੇ ਨੂੰ ਲੈ ਕੇ, ਤਾਂ ਬਹਿਬਲ ਕਲਾਂ ਦੇ ਵਿੱਚ ਇਨਸਾਫ ਮੋਰਚਾ ਚੱਲ ਰਿਹਾ ਪਿਛਲੇ 13-14 ਮਹੀਨਿਆਂ ਤੋਂ, ਤਾਂ ਪਿਛਲੇ 3 ਦਿਨ ਤੋਂ ਉਹਨਾਂ ਨੇ NH 54 ਨੂੰ ਵੀ ਜਾਮ ਕਰ ਦਿੱਤਾ ਹੈ। ਤਾਂ ਦੂਜੇ ਪਾਸੇ ਪੰਜਾਬ ਸਰਕਾਰ ਤਾਂ ਉਹਨਾਂ ਦੀਆਂ ਜਿਹੜੀਆਂ SIT ਨੇ ਪੂਰੇ ਜਿਹੜਾ ਜ਼ਮੀਨੀ ਪੱਧਰ 'ਤੇ ਲੱਗੀਆਂ ਹੋਈਆਂ ਨੇ ਕਿ ਕਿਤੇ ਨਾ ਕਿਤੇ ਜੋ ਇਹਨਾਂ ਦਾ ਬਣਦਾ ਇਨਸਾਫ ਹੈ ਉਹਨਾਂ ਨੂੰ ਦਵਾਇਆ ਜਾ ਚੁੱਕੇ। ਕੋਸ਼ਿਸ਼ ਕਰਾਂਗੇ ਅਸੀਂ ਜਿਹੜੇ ਸੰਚਾਲਕ ਨੇ ਬੇਅਦਬੀ ਇਨਸਾਫ ਮੋਰਚੇ ਦੇ ਸੁਖਰਾਜ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਉਹਨਾਂ ਦਾ ਇਸ ਮਸਲੇ 'ਤੇ ਕੀ ਕਹਿਣਾ ਹੈ। ਸੁਖਰਾਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਖਰਾਜ, ਇੱਕ ਪਾਸੇ ਜਿਵੇਂ ਹੁਣ ਤੁਹਾਡੇ ਵੱਲੋਂ ਰੋਡ ਜਾਮ ਕੀਤਾ, ਦੂਜੇ ਪਾਸੇ ਜਿਹੜਾ ਹੁਣ ਪਹਿਲਾਂ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਜਿਹੜੀ SIT ਬਣੀ ਹੈ ਉਹਨਾਂ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਜੋ ਜਾਂਚ ਕਿਸੇ ਕੋਲ ਹੈਗੀ ਹੈ ਜਾਂ ਕੋਈ ਜਾਣਕਾਰੀ ਹੈਗੀ ਆ ਉਹ ਸਾਨੂੰ ਦੱਸੇ, ਕਿਉਂਕਿ ਜਾਂਚ ਆ ਜਿਹੜੀ ਉਹ ਜਮ੍ਹਾਂ ਨਤੀਜੇ 'ਤੇ ਪਹੁੰਚ ਚੁੱਕੀ ਹੈ। ਹੁਣ ਦੂਜੇ ਪਾਸੇ ਇੱਕ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਜਿਹੜੀ SIT ਬਣੀ ਸੀ ਉਹਨਾਂ ਵੱਲੋਂ ਸਟੇਟ ਸਪੋਰਟ ਆਪਣੀ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਹੈ, ਕਿਉਂਕਿ ਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਜਿਹੜੀ ਇਹ ਸਪੋਰਟ ਆ ਜਿਹੜੀ ਜਾਰੀ ਹੋ ਚੁੱਕੀ ਹੈ, ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਸਟੇਟਸ ਰਿਪੋਰਟ ਆ, ਚਲੋ ਉਹਨਾਂ ਨੇ ਹੁਣ ਖਾਨਾ ਪੂਰਤੀ ਕਰ ਰਹੇ ਨੇ, ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਲਗਾਤਾਰ ਪਿਛਲੇ 3 ਦਿਨਾਂ ਤੋਂ ਰੋਡ ਜਾਮ ਕੀਤਾ ਹੋਇਆ ਹਨਾ ਜੀ। ਸੋ ਸਾਡੀ ਜਿਹੜੀ ਮੇਨ, ਮੈਂ ਸਾਰੇ ਆਪਣੇ ਸੰਗਤ ਨੂੰ, ਸਹਿਯੋਗੀਆਂ ਨੂੰ ਜਾਂ ਪੰਜਾਬ ਜਾਂ ਦੇਸ਼ ਵਿਦੇਸ਼ ਦੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜੀ, ਜਿਹੜੀ ਸਟੇਟਸ ਰਿਪੋਰਟ ਆ ਤਾਂ ਉਹਨਾਂ ਨੇ ਦੱਸਤਾ ਵੀ ਸਾਡਾ ਸਟੇਟਸ ਸਿਸਟਮ ਇੱਥੇ ਪਿਆ, ਜਿਵੇਂ ਉਹਨਾਂ ਨੇ ਕਿਹਾ ਬਈ ਕੋਟਕਪੂਰੇ ਦੀ ਹਜੇ ਜਾਂਚ ਚੱਲ ਰਹੀ ਹੈ ਜੀ। ਬੇਸਿਕਲੀ ਜਿਹੜਾ ਲਾਸਟ ਪੁਆਇੰਟ ਰਹਿੰਦਾ ਇਸ ਦੇ ਵਿੱਚ ਉਹ ਨਹੀਂ ਹਜੇ ਦਾਇਰ ਹੋਇਆ, ਕਿਉਂਕਿ ਕੋਟਕਪੂਰੇ ਦਾ ਪਹਿਲਾਂ ਅਦਾਲਤ ਚ ਜਾਊਗਾ ਤੇ ਫੇਰ ਹੀ ਇਹ ਆਊਗਾ ਨਾ ਜੀ। ਉਹ ਪਿੱਛੇ ਸਟੇਟਸ ਵਾਲੇ ਤਾਂ ਅਸੀਂ ਵੀ ਐਗਰੀ ਕਰਦੇ ਹਾਂ
ਵੀ ਕੀ ਸਹੀ ਹੈ ਜੋ ਲਾਸਟ ਪੁਆਇੰਟ ਕਿਹੜਾ ਹੋ ਕਿਹੜਾ ਇੱਕ ਮੰਨਦੇ ਲਾਸਟ ਤੁਸੀਂ? ਦੇਖੋ ਜੀ, ਇੱਕ ਲਾਸਟ ਚਲਾਨ ਜਿਹੜੀ ਹਜੇ ਸਬਮਿਸ਼ਨ ਜਿਸ 'ਚ ਜੇ ਆਪਾਂ ਕਹੀਏ ਮਾਸਟਰਮਾਈਂਡ ਕੌਣ ਹੈ, ਜੀ ਕੋਟਕਪੂਰੇ ਦੀ ਜਾਂਚ 'ਚ ਦੇ ਵਿੱਚੋਂ ਮਤਲਬ ਜਿਹੜੇ ਸਾਰੇ ਚਲਾਨ ਹੋਣਗੇ ਉਸ ਤੋਂ ਬਾਅਦ ਹੀ ਬਹਿਬਲ ਕਲਾਂ ਦਾ ਲਾਸਟ ਚਲਾਨ ਮਾਸਟਰਮਾਈਂਡ ਦਾ ਆਊਗਾ, ਜੀ ਜੋ ਆਪਣੀ ਜਿਹੜੀ ਮੰਗ ਹੈ ਨਾ ਉਹ ਅੱਜ ਤੱਕ ਹੋਇਆ। ਉਹਦੇ ਨਾਲ ਤਾਂ ਅਸੀਂ ਵੀ ਕਿਹਾ ਵੀ ਠੀਕ ਆ, ਅੱਜ ਤੱਕ ਜਿੱਥੋਂ ਤੁਸੀਂ ਖੜੇ ਹੋ ਠੀਕ ਆ, ਪਰ ਇਹਨੂੰ ਕੰਮ ਇਹਨੂੰ ਖਤਮ ਤਾਂ ਕਰੋ ਨਾ, ਜੀ ਇਹਨੂੰ ਕਿਸੇ ਬੰਨੇ ਲਿਆ ਕੇ ਰੋਕੋ ਤਾਂ ਸਹੀ ਵੀ ਹਾਂ ਇੱਥੇ ਖਤਮ ਹੁੰਦੀ ਹੈ ਇਹ, ਜੀ ਉਹਨੂੰ ਲਮਕਾਇਆ ਕਿਉਂ ਜਾ ਰਿਹਾ। ਸੋ ਇਸ ਗੱਲ ਕਰਕੇ ਆ, ਬਾਕੀ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਚੱਲ ਰਿਹਾ ਪ੍ਰੋਟੈਸਟ ਉਹਨਾਂ ਸਮਾਂ ਹੁਣ ਤੁਹਾਨੂੰ ਚੱਲੂਗਾ ਜਿੰਨਾ ਸਮਾਂ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ। ਇਹਦਾ ਫਿਰ ਆਪਾਂ ਨੂੰ ਇਹ ਵੀ ਮੰਨਿਆ ਜਾ ਸਕਦਾ ਜਿਵੇਂ ਹੁਣ ਮਾਨਯੋਗ ਅਦਾਲਤ ਵੱਲੋਂ ਜਿਹੜੀਆਂ ਨਿਰਦੇਸ਼ ਜਾਰੀ ਕੀਤੇ ਗਏ ਸੀਗੇ, ਜਿੰਨੀ ਵੀ ਜਿਹੜੀਆਂ SIT ਨੇ ਜਿੰਨੀ ਜਾਂਚ ਕਰਦੀ ਹੈ ਉਹਦੀ ਸਾਨੂੰ ਜਾਣਕਾਰੀ ਸਮੇਂ ਸਮੇਂ ਤੇ ਦਿੱਤੀ ਜਾਵੇ, ਉਸ ਦੇ ਨਾਲ ਵੀ ਆਪਾਂ ਦੇਖ ਸਕਦੇ ਹਾਂ ਵੀ ਤਾਂ ਇਹ ਕੋਈ ਦਿੱਤੀ ਹੋ ਹੋਵੇ। ਸਕਦਾ ਅਦਾਲਤ ਦੇ ਹੁਕਮ ਛੇਤੀ ਮੰਨਣ ਲੱਗ ਗਏ, ਹੁਣ 2 ਸਾਲਾਂ ਬਾਅਦ ਜੀ ਕਹਿੰਦੇ ਹੁਣ ਵੀ ਛੇਤੀ ਆ ਹਜੇ। ਜੀ ਸੋ ਇਸ ਇਸ ਤੇ ਆਪਾਂ ਜੇ ਗੱਲ ਕਰੀਏ ਨਤੀਜਿਆਂ ਤੇ ਤਾਂ ਉਹ ਇਹ ਆਉਣਾ ਕਿ ਬੇਅਦਬੀ ਤੇ ਗੋਲੀਕਾਂਡ ਤੇ ਇਹਦੇ ਮਾਸਟਰਮਾਈਂਡ ਜਿੰਨਾ ਟਾਈਮ ਜਨਤਕ ਨਹੀਂ ਹੁੰਦੇ, ਸੰਗਤਾਂ ਦੇ ਸਾਹਮਣੇ ਨਹੀਂ ਹੁੰਦੇ, ਉਹਨਾਂ ਟਾਈਮ ਕੋਈ ਕੁਛ ਮਰਜ਼ੀ ਜਿੱਡਾ ਮਰਜ਼ੀ ਵੱਡਾ ਹੱਲਾ ਗੁੱਲਾ ਕਰੀ ਜਾਣ, ਸੰਗਤਾਂ ਨੂੰ ਕੋਈ ਯਕੀਨ ਨਹੀਂ ਹੋਣਾ ਕਿਸੇ ਤੇ। ਸਕਦਾ ਜਿਵੇਂ ਹੁਣ ਜਿਵੇਂ ਐਕਟਿਵ ਹੋਈ ਹੈ, ਐਕਟਿਵ ਦਿਖਾਈ ਦੇ ਰਹੀ ਆ ਦੋਵੇਂ SIT ਦੇ, ਤੇ ਜਿਵੇਂ ਤੁਸੀਂ ਕਹਿ ਰਹੇ ਆ ਤੁਹਾਡੇ ਵਾਲੀ ਜਿਹੜੀ ਗੱਲ ਤੇ ਜਿਹੜੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ, ਆਪਾਂ ਇਹ ਤਾਂ ਹੁਣ ਇਹ ਦੱਸ ਸਕਦੇ ਆ ਆਪਣੇ ਵੱਲੋਂ ਤਾਂ ਜੇ ਪਹਿਲਾਂ ਹੋਣਾ ਹੁੰਦਾ ਆਪਾਂ ਕਹੀਏ ਵੀ ਆਪਾਂ ਤਾਂ ਬਹੁਤ ਲੰਮਾ ਸਮਾਂ ਇਹਨਾਂ ਨੂੰ ਦਿੱਤਾ, ਹੁਣ ਇਹ ਸਰਕਾਰ ਜਾਂ ਇੱਥੋਂ ਦੇ ਜਿਹੜੇ ਲੋਕ ਆ ਜਿਹੜੇ ਇਸ ਤੇ ਕੰਮ ਕਰ ਰਹੇ ਆ ਉਹੀ ਇਹਨੂੰ ਬਖੂਬੀ ਚੰਗੇ ਤਰੀਕੇ ਨਾਲ ਕਰਨ, ਇਸ ਤਾਂ ਕਹਿੰਦੇ ਗੁਰੂ ਸਾਹਿਬ ਉਹਨਾਂ ਨੂੰ ਬਲ ਬਖਸ਼ਣ ਵੀ ਛੇਤੀ ਹੈ ਜਿਹੜਾ ਇਸ ਮਸਲੇ ਦਾ ਹੱਲ ਕਰਨ, ਜਿਹਦੇ ਨਾਲ ਪੰਜਾਬ ਦੇ ਲੋਕ ਵੀ ਜਿਹੜੇ ਪਿਛਲੇ 8 ਸਾਲਾਂ ਤੋਂ ਕਲਪ ਰਹੇ ਆ ਬੇਅਦਬੀ ਨੂੰ ਲੈ ਕੇ ਗੋਲੀਕਾਂਡ ਨੂੰ ਲੈ ਕੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੇ। ਦੂਜੇ ਪਾਸੇ ਸੁਖਰਾਜ, ਅੱਜ ਤੀਜਾ ਦਿਨ ਹੋ ਗਿਆ ਤੁਹਾਡਾ ਜਿਹੜਾ ਜਾਮ NH 53 ਤੇ ਚੱਲ ਰਿਹਾ, ਉਸ ਨੂੰ ਜੀ ਲੈ ਕੇ ਕੋਈ ਅਪਡੇਟ, ਕੋਈ ਨਾ ਕੋਈ ਗੱਲਬਾਤ ਸਰਕਾਰ ਦੇ ਨੁਮਾਇੰਦੇ ਨਾਲ, ਸਰਕਾਰ ਵੱਲੋਂ ਕੋਈ ਆਇਆ ਹੋਵੇ, ਕੋਈ MLA ਮੰਤਰੀ ਜਾਂ ਕੋਈ ਉਹਨਾਂ ਦਾ ਨੁਮਾਇੰਦਾ? ਹਾਂ ਦੇਖੋ ਜੀ, ਇਹ ਤਾਂ ਲੋਕਲ ਐਡਮਿਨਿਸਟ੍ਰੇਟਰ ਆ ਜਿਹੜਾ ਉਹ ਤਾਂ ਆਉਂਦਾ ਹੀ ਰਹਿੰਦਾ, ਗੱਲਬਾਤ ਕਰਦਾ ਰਹਿੰਦਾ ਇੱਥੇ ਵੀ ਰੋਡ ਖੋਲ ਦਿਓ, ਇੱਦਾਂ ਕਰ ਦਿਓ, ਲੋਕਾਂ ਨੂੰ ਪਰੇਸ਼ਾਨੀ ਆ। ਸੋ ਅਸੀਂ ਇਹ ਲੋਕਾਂ ਨੂੰ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਸਾਡੀ ਮਜਬੂਰੀ ਆ, ਸਾਨੂੰ ਸਰਕਾਰ ਨੇ ਮਜਬੂਰ ਕੀਤਾ, ਅਸੀਂ 1.5 ਸਾਲ ਤੋਂ ਪੀਸਫੁਲੀ ਬੈਠੇ ਹਾਂ, ਉਹ 1.5 ਸਾਲ ਦੇ ਕੈਰੀਅਰ ਕਰਕੇ ਜਾਂ ਉਸ ਮਤਲਬ ਪਿਛਲੇ 8 ਸਾਲਾਂ ਦੇ ਪੀਸਫੁਲ ਪ੍ਰੋਟੈਸਟ ਕਰਕੇ ਅੱਜ ਤੱਕ ਇਹਨਾਂ ਨੇ ਨਿਆਂ ਨਹੀਂ ਕੀਤਾ। ਸੋ ਸਾਡੇ ਕੋਲ ਸਟੈਪ ਦਰ ਸਟੈਪ ਇਸ ਤਰ੍ਹਾਂ ਦੇ ਜਿਹੜੇ ਸਟੈਪ ਬਚਦੇ ਆ ਰਾਹ ਮਤਲਬ ਪ੍ਰੋਟੈਸਟ ਕਰਨ ਦੇ ਲਈ, ਅਸੀਂ ਉਹਨੂੰ ਅੱਗੇ ਵੱਧ ਤੋਂ ਵੱਧ ਜਿਵੇਂ ਵੀ ਵੱਡੇ ਸਟੈਪਾਂ ਤੱਕ ਜਾਵਾਂਗੇ ਤਾਂ ਉਹ ਡੇ ਬਾਏ ਡੇ ਜਿਹੜਾ ਵੱਧਦਾ ਜਾਊਗਾ। ਜਿਵੇਂ ਤੁਸੀਂ ਦੱਸਿਆ ਜਿਵੇਂ ਫਰੀਦਕੋਟ ਦਾ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਇਹੀ ਰਾਬਤਾ ਕਰਦਾ ਕਿ ਰਾਹ ਖੋਲ ਦਿੱਤਾ ਜਾਵੇ, ਕੋਈ ਸਰਕਾਰ ਵੱਲੋਂ ਰੋਡ ਪ੍ਰੋਬਲਮ ਤਾਂ ਆਉਣੀ ਆ, ਪਰ ਇਹ ਪ੍ਰੋਬਲਮ ਕ੍ਰੀਏਟ ਅਸੀਂ ਨੀ, ਸਰਕਾਰ ਨੇ ਕੀਤੀ ਆ ਜੋ ਵਾਅਦਿਆਂ ਤੋਂ ਮਣਕਰ ਹੋਈ ਆ। ਤੁਸੀਂ ਉਹ ਵਿਸ਼ਵਾਸ ਪਾਤਰ ਬੰਦਾ ਲੈ ਕੇ ਆਓ ਜਿਹੜਾ ਕਵੇ ਇਸ ਮਸਲੇ ਦਾ ਹੱਲ ਕਰਦੇ ਆ, ਅਸੀਂ ਬਈ ਇਸ ਮਸਲੇ ਨੂੰ ਘੰਟੇ 2 ਘੰਟਿਆਂ ਚ ਦਿਨਾਂ ਚ 1-2 ਦਿਨ ਚ ਹੱਲ ਕਰਦੇ ਆ, ਉਹ ਬੰਦਾ ਲੈ ਕੇ ਆਓ। ਉਹ ਬੰਦਾ ਕਿਉਂ ਨੀ ਆ ਸਕਦਾ? ਕਿਉਂਕਿ ਇਹਨਾਂ ਦੇ ਹਾਈਐਸਟ ਚਿਹਰੇ ਇੱਥੇ ਆ ਕੇ ਜਿਹੜੇ ਮੁੱਕਰ ਚੁੱਕੇ ਆ ਜੀ, ਜਿਨ੍ਹਾਂ ਨੇ ਪੱਕ ਕੇ ਵੀ ਜਿਨ੍ਹਾਂ ਤੇ ਲੋਕ ਯਕੀਨ ਕਰਨ, ਯਕੀਨ ਹੋਊ ਕਿ ਤੇ ਹੁਣ ਤਾਂ ਇਹੀ ਆ ਵੀ ਜਦੋਂ ਤੁਸੀਂ ਇਹਨੂੰ ਖਤਮ ਕਰੋਗੇ ਇਹ ਤੇ ਪੂਰਾ ਕਰੋ ਜਿਹੜੀ ਤੁਸੀਂ ਵਿਸ਼ਵਾਸ ਪਾਤਰ ਦੀ ਜਿਹੜੀ ਦੀ ਗੱਲ ਕਰਦੇ ਆ, ਜੇ ਮੰਨ ਲਓ ਤੁਹਾਡੇ ਕੋਲੇ ਆ ਜਾਂਦਾ ਹੈ ਵਿਸ਼ਵਾਸ ਕਰੋਗੇ ਫਿਰ? ਕੌਣ ਕਰੂਗਾ ਜੀ? ਇੱਕ ਤੁਸੀਂ ਦੇਖੋ ਵੀ ਜੇ ਵਿਸ਼ਵਾਸ ਹੀ ਪੰਜਾਬ ਦੇ ਲੋਕਾਂ ਨੇ ਕਰਨਾ ਸੀ ਤਾਂ ਫਿਰ ਅਕਾਲੀ ਦਲ ਦੁਆਰਾ ਸਰਕਾਰ ਚ ਨਾ ਆਉਂਦਾ ਜਾਂ ਕਾਂਗਰਸ ਦੁਆਰਾ ਸਰਕਾਰ ਚ ਨਾ ਆਉਂਦੀ। ਸੋ ਇਹ ਬਾਈ ਜੀ, ਇਹ ਸਾਰੇ ਪੰਜਾਬ ਦੇ ਲੋਕ ਜਾਣੂ ਇਹ ਗੱਲਾਂ ਤੋਂ, ਜਿਹੜਾ ਬੰਦਾ ਇਸ ਮਸਲੇ ਦਾ ਹੱਲ ਕਰਕੇ ਆਊਗਾ ਉਹ ਚਾਹੇ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੀ ਆ ਜਾਏ, ਹੱਲ ਕਰਨ ਤੋਂ ਬਾਅਦ ਲੋਕ ਉਹ ਤੇ ਵਿਸ਼ਵਾਸ ਕਰ ਲੈਣਗੇ, ਪਰ ਹੱਲ ਹੋਣ ਤੋਂ ਬਾਅਦ ਅੱਜ ਨਹੀਂ। ਲਗਾਤਾਰ ਜਾਰੀ ਰਹੇਗਾ ਤੁਹਾਡਾ ਜਿਹੜਾ ਜਾਮ? ਬਿਲਕੁਲ ਜੀ, ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਸੁਖਰਾਜ। ਧੰਨਵਾਦ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ,
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ।